ਹੈਲੋ एवरीवन ਵੈਲਕਮ ਟੂ ਨਿਊ ਜੋਬ ਅਲਰਟ ਅੱਜ ਮੈਂ ਹਾਜ਼ਰ ਹੋਇਆ ਪੀਟਪੀਐਸਪੀ ਵੱਲੋਂ ਇੱਕ ਨਵਾਂ ਨੋਟਿਸ ਲੈ ਕੇ ਤਾਂ ਇਹ ਨੋਟਿਸ ਦੇ ਵਿੱਚ ਕੀ ਆਇਆ ਪੀਟਪੀਐਸਪੀ ਕਲਰਕ ਅਤੇ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਇਹਨਾਂ ਦੀ ਕਾਉਂਸਲਿੰਗ ਹੋਈ ਸੀ 6 9 2023 ਤੋਂ ਲੈ ਕੇ 14 9 2023 ਤੱਕ ਜਿਹੜੇ ਵੀ ਕੈਂਡੀਡੇਟ ਐਬਸੈਂਟ ਸਨ ਉਹਨਾਂ ਨੂੰ ਹੁਣ ਦੁਬਾਰਾ ਕਾਉਂਸਲਿੰਗ ਦੇ ਲਈ ਬੁਲਾਇਆ ਗਿਆ ਤੇ ਇਹਨਾਂ ਦੀ ਕਾਉਂਸਲਿੰਗ ਹੋਣੀ ਹੈ ਜੀ 21 9 2023 ਨੂੰ ਠੀਕ ਹੈ ਜੀ ਸਵੇਰੇ 10 ਵਜੇ ਕਿੱਥੇ ਹੋਣੀ ਹੈ ਜੀ ਦਫਤਰ ਅਧੀਨ ਸੇਵਾਵਾ ਚੌਂ ਨਵੜ ਵਨ ਭਵਨ ਸੈਕਟਰ 68 ਮਹਾਲੀ ਦੇ ਵਿੱਚ ਇਹਨਾਂ ਦੀ ਕਾਉਂਸਲਿੰਗ ਹੋਣੀ ਹੈ ਤੇ ਜਿਹੜਾ ਪਰਫਾਰਮ ਹੈ ਉਹ ਸਾਰਾ ਸਰਤਾ ਵਗੈਰਾ ਉਹ ਸਾਰੀਆਂ ਪਹਿਲਾਂ ਵਾਲੀਆਂ ਨੇ ਤਾਂ ਤੁਸੀਂ ਪਿਛਲਾ ਹੀ ਪਰਫਾਰਮਾ ਡਾਊਨਲੋਡ ਕਰਕੇ ਚਲੇ ਜਾਣਾ ਜੀ 21 9 2023 ਨੂੰ ਇਹਨਾਂ ਲਈ ਪ੍ਰੀਫਰੈਂਸ ਪੋਰਟਲ ਦੁਆਰਾ ਤੋਂ ਖੋਲ੍ਹਿਆ ਜਾਣਾ ਤਾਂ ਦੈਟਸ ਆਲ ਗਾਈਜ਼ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਜੇ ਚੈਨਲ ਵਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ